ਹਾਂਜੀ ਵੀਰ ਜੀ, ਕੀ ਨਾਮ ਹੈ ਤੇ ਕੀ ਕਹਿਣਾ ਚਾਹੋਗੇ ਜਿੱਥੇ ਗੱਡੀ ਰੁਕੀ ਹੈ ਇੱਕ? ਮੇਰਾ ਨਾਮ ਡਾਕਟਰ ਅਸਮਾਨਪ੍ਰੀਤ ਸਿੰਘ ਸਿੱਧੂ, ਮੈਂ ਬਤੌਰ ਖੇਤੀਬਾੜੀ ਵਿਕਾਸ ਅਫਸਰ ਪਲਾਂਟ ਪ੍ਰੋਟੈਕਸ਼ਨ ਬਠਿੰਡਾ ਵਿਖੇ ਆਪਦੀ ਸੇਵਾ ਨਿਭਾ ਰਿਹਾ। ਸਾਨੂੰ ਗੁਪਤ ਸੂਚਨਾ ਮਿਲੀ ਸੀ ਸਵੇਰੇ ਵੀ ਕੋਈ ਹਰਿਆਣੇ ਤੋਂ ਮਾਲ ਜਿਹੜਾ ਹੈਗਾ ਇਹਨਾਂ ਪਿੰਡਾਂ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਕਿਸੇ ਕੰਪਨੀ ਵੱਲੋਂ ਬਿਨਾਂ ਲਾਇਸੈਂਸ ਤੋਂ, ਕਿਉਂਕਿ ਜਿਹੜਾ ਲਾਇਸੈਂਸ ਅਸੀਂ ਦਿੰਦੇ ਹਾਂ ਉਹ ਤਾਂ ਪ੍ਰੋਪਰ ਜਿਹੜਾ ਹੈਗਾ ਦੁਕਾਨਾਂ ਨੇ ਜਿਵੇਂ ਲਾਇਸੈਂਸ ਲਿਆ ਜਾਂ ਕੰਪਨੀਆਂ ਲਾਇਸੈਂਸ ਲੈਂਦੀਆਂ ਸਾਡੇ ਹੈੱਡਕੁਆਟਰ ਮੋਹਾਲੀ ਤੋਂ, ਅਤੇ ਉਹਦਾ ਤਾਂ ਸਾਨੂੰ ਜਿਹੜਾ ਹੈਗਾ ਧਿਆਨ 'ਚ ਰਹਿੰਦਾ ਪ੍ਰੋਪਰ, ਉਹ ਆਪਦਾ ਐਕਟ ਵੀ ਫੋਲੋ ਕਰਦੀਆਂ ਕੰਪਨੀਆਂ, ਉਹਨਾਂ ਦੀ ਸਮੇਂ ਸਮੇਂ ਸਿਰ ਚੈਕਿੰਗ ਵੀ ਹੁੰਦੀ ਆ। ਪਰੰਤੂ ਇਹ ਜਿਹੜਾ ਹੈਗਾ ਗਲਤ ਮਾਲ, ਨਕਲੀ ਮਾਲ ਜਿਹੜਾ ਹਰਿਆਣੇ ਤੋਂ ਸਿੱਧਾ ਲਿਆ ਕੇ ਇੱਥੇ ਭੁੱਚੋ, ਆਪਾਂ ਕੈਂਚੀਆਂ 'ਤੇ ਖੜ੍ਹੇ ਹਾਂ, ਭੁੱਚੋ ਦੇ ਪਿੰਡਾਂ ਦੇ ਵਿੱਚ ਅੱਗੇ ਫਾਰਮਰਾਂ ਨੂੰ ਦਿੱਤਾ ਜਾਣਾ ਸੀ ਅਤੇ ਫਾਰਮਰਾਂ ਨੂੰ ਗੁੰਮਰਾਹ ਕਰਨਾ ਸੀ, ਕਿਉਂਕਿ ਖੇਤੀ ਅੱਗੇ ਹੀ ਜਿਹੜੀ ਹੈਗੀ ਆ ਲਾਹੇਵੰਦ ਨਹੀਂ ਰਹੀ, ਘਾਟੇ ਦਾ ਸੌਦਾ ਬਣਦੀ ਜਾ ਰਹੀ ਆ। ਸੋ ਜਿਹੜਾ ਕੀੜੇਮਾਰ ਦਵਾਈਆਂ ਦਾ ਇਹਦੇ 'ਚ ਬਹੁਤ ਵੱਡਾ ਰੋਲ ਆ, ਵੀ ਉਹਦੇ ਜੇ ਚੰਗੀਆਂ ਦਵਾਈਆਂ ਹੋਣਗੀਆਂ ਫੇਰ ਹੀ ਜਿਹੜੀ ਗੁਲਾਬੀ ਸੁੰਡੀ ਦੀ ਪ੍ਰੋਬਲਮ ਆ ਜਿਵੇਂ ਨਰਮੇ ਦੇ ਵਿੱਚ ਜਾਂ ਚਿੱਟੀ ਮੱਖੀ ਆ, ਫੇਰ ਹੀ ਉਹਨਾਂ ਨੇ ਜੇ ਦਵਾਈਆਂ ਚੰਗੇ ਮਿਆਰ ਦੀਆਂ ਹੋਣਗੀਆਂ ਫੇਰ ਹੀ ਕੀੜਿਆਂ ਮਕੌੜਿਆਂ ਨੂੰ ਜਿਹੜਾ ਉਹਨਾਂ ਨੇ ਰੋਕਣਾ। ਸੋ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਵੱਲੋਂ ਸਖ਼ਤ ਜਿਹੜੇ ਹੈਗੇ ਆ ਦਿਸ਼ਾ ਨਿਰਦੇਸ਼ ਆ, ਕਲੀਅਰ ਕੱਟ ਮਹਿਕਮੇ ਨੂੰ ਕਿਹਾ ਹੋਇਆ ਵੀ ਕੋਈ ਵੀ ਜਿਹੜਾ ਹੈਗਾ ਇਹੋ ਜਿਹਾ ਬੰਦਾ ਜਿਹੜਾ ਗਲਤ ਕੰਮ ਕਰੂਗਾ ਬਖਸ਼ਿਆ ਨਹੀਂ ਜਾਊਗਾ। ਅੱਗੇ ਤੋਂ ਵੀ ਜਿਹੜੇ ਇਹਨਾਂ ਦੇ ਖਿਲਾਫ਼ ਵੀ ਅਸੀਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ, ਅਤੇ ਅੱਗੇ ਤੋਂ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਜੇਕਰ ਕੋਈ ਵੀ ਜਿਹੜਾ ਹੈਗਾ ਬੰਦਾ ਇਹੋ ਜਿਹੇ ਕੰਮ ਕਰਦਾ ਉਹ ਬਾਜ ਆ ਜਾਏ, ਕਿਉਂਕਿ ਇਸ ਤੋਂ ਬਾਅਦ ਜਿਹੜੀ ਹੈਗੀ ਆ ਸਖ਼ਤ ਤੋਂ ਸਖ਼ਤ ਕਾਰਵਾਈ ਜਿਹੜੀ ਇਹਨਾਂ ਦੇ ਖਿਲਾਫ਼ ਕੀਤੀ ਜਾਊਗੀ। ਪਤਾ ਲੱਗੇ ਜੀ ਮਾਲ ਕਿੱਥੇ ਪਹੁੰਚਾਉਣਾ ਸੀ ਇਹਨਾਂ ਨੇ? ਹਾਂਜੀ, ਇਹਨਾਂ ਨੇ ਇੱਥੇ ਭੁੱਚੋ, ਇੱਥੇ ਹੀ ਇਹਨਾਂ ਨੇ ਅੱਗੇ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਭੁੱਚੋ ਕੈਂਚੀਆਂ ਦੇ ਜਿਹੜੇ ਆਸੇ ਪਾਸੇ ਵਾਲੇ ਪਿੰਡ ਆ ਉਹਨਾਂ ਦੇ ਵਿੱਚ ਇਹ ਮਾਲ ਕਿਸਾਨਾਂ ਦੇ ਕਿਤੇ ਘਰਾਂ ਦੇ ਵਿੱਚ ਸਿੱਧਾ ਜਿਹੜਾ ਹੈਗਾ ਦੇਣਾ ਸੀਗਾ। ਇਹ ਬਿੱਲ ਵੀ ਲਈ ਜੇ ਫਿਰਦੇ ਆ ਇਹਨਾਂ ਕੋਲ ਜਿਹੜੇ ਬਿੱਲ ਕੋਈ ਜਿਵੇਂ ਰਾਮਾ ਮੰਡੀ ਦਾ ਕੱਟਿਆ ਹੋਇਆ, ਜਦਕਿ ਰਾਮਾ ਮੰਡੀ ਦੇ ਆਪਾਂ ਨੇੜੇ ਤੇੜੇ ਵੀ ਨਹੀਂ ਖੜੇ ਹੈਗੇ। ਅਤੇ ਬਾਕੀ ਜਿਹੜੀ ਇਹ ਕੰਪਨੀ ਆ ਵੁੱਡਲੈਂਡ ਐਗਰੀਟੈਕ ਇੰਡੀਆ ਜਿਹੜਾ ਹੈਗਾ ਇਹਦਾ ਲਾਇਸੈਂਸ ਨਹੀਂ ਹੈਗਾ ਜੀ ਪੰਜਾਬ ਦੇ ਵਿੱਚ, ਤਾਂ ਇਹ ਬਿਨਾਂ ਲਾਇਸੈਂਸ ਤੋਂ ਜਿਹੜਾ ਹੈਗਾ ਇਹ ਮਾਲ ਆ। ਤੇ ਬਾਕੀ ਮਾਲ ਦੀ ਜਿਹੜੀ ਅੱਗੇ ਜਿਹੜੀ ਇਹਦੇ 'ਚ ਹੈ ਕੀ ਉਹ ਚੈਕਿੰਗ ਸੈਂਪਲਿੰਗ ਤੋਂ ਪਤਾ ਲੱਗੂਗਾ। ਇਹ ਅਜੇ ਗਿਣਤੀ ਚੱਲ ਰਹੀ ਹੈ ਜੀ, ਅੱਗੇ ਆ ਜਾਣਾ ਸਾਰਾ ਰਿਪੋਰਟਿੰਗ ਦੇ ਵਿੱਚ।